ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਨਿਊ ਵਲੌਗ ਐਂਡ ਦਿਸ ਸਾਈਡ ਤੁਹਾਡਾ ਪ੍ਰਭਜੋਤ ਚੀਮਾ ਵਲੌਗ। ਸੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਰਾਈਟ ਨਾਓ ਆਈ ਐਮ ਐਟ ਹੋਂਗਕੋਂਗ। ਸੋ ਟੂਡੇਜ਼ 24th February 2024। ਸੋ ਅੱਜ ਸੈਟਰਡੇ ਸੀ ਤੇ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਅੱਜ ਹੋਂਗਕੋਂਗ ਦੀ ਸੈਟਰਡੇ ਨਾਈਟ ਇੰਜੋਏ ਕਰਵਾਈ ਜਾਏ। ਵੀਡੀਓ ਨੂੰ ਨਾ ਕਰੀਏ ਹੁਣ ਜ਼ਿਆਦਾ ਲੰਬਾ ਤੇ ਵੀਡੀਓ ਨੂੰ ਕਰਦੇ ਹਾਂ ਹੁਣ ਸਟਾਰਟ। ਮਿੱਤਰੋ, ਹੋਟਲ ਤੋਂ ਮੈਂ ਬਾਹਰ ਆ ਗਿਆ ਵਾਂ ਅਤੇ ਇੱਥੋਂ ਦੀ 5 ਕੁ ਮਿੰਟ ਦੀ ਵੋਕ ਕਰਕੇ ਰੈਂਬਲਰ ਕਰਸ਼ ਟਾਵਰ 3 ਦੇ ਥੱਲੇ ਜਾਣਾ। ਆ ਪਹੁੰਚ ਗਏ ਅਸੀਂ ਸਟੇਸ਼ਨ 'ਤੇ, ਹੁਣ 7 ਵਜੇ ਇੱਥੇ ਬੱਸ ਆਏਗੀ। ਲਓ ਜੀ, ਬੱਸ ਆ ਗਈ ਹੈ, ਪਹਿਲੋਂ ਦੂਜੀ ਸੀ ਹੁਣ ਦੂਜੀ ਬੱਸ ਆਈ ਹੈ। 88F0 ਵੇਖੋ ਅਤੇ ਅੱਗੇ ਲਿਖਿਆ ਹੋਇਆ। ਸੋ ਹੁਣ ਇੱਥੋਂ ਦੀ ਉੱਤਰ ਕੇ ਆਪਾਂ ਜਾਣਾ ਟ੍ਰੇਨ ਲੈਣੀ ਹੈ। ਸੋ ਟ੍ਰੇਨ ਤੱਕ ਹੁਣ 5 ਮਿੰਟ ਦੀ ਵੋਕ ਹੈ ਇੱਥੋਂ ਬੱਸ। ਸੋ ਅਸੀਂ ਹੁਣ ਇੱਥੇ ਹਾਂ, ਇੱਥੋਂ ਦੀ ਅਸੀਂ ਜਾਣਾ ਹੈ ਇੱਧਰ, ਇਹਨਾਂ ਨੂੰ ਹੋਂਗਕੋਂਗ ਡ੍ਰੌਪ ਕਰਨਾ ਅਤੇ ਇੱਥੋਂ ਦੀ ਵੋਕ ਕਰਕੇ ਸੈਂਟਰਲ ਚਲ ਜਾਣਾ। $5 ਦਾ ਪਾਣੀ ਹੁਣ ਕਰ ਲਓ 10 ਦੇ ਨਾਲ ਕੈਲਕੂਲੇਟ। ਸੋ ਆਹ ਵੇਖ ਲਓ ਫਸਟ ਲੁੱਕ ਜੇ ਹੋਂਗਕੋਂਗ ਦੀ। ਅੱਜ ਮੈਂ ਖੁਦ ਪਹਿਲੀ ਵਾਰ ਆਇਆ ਇੱਥੇ, ਮੈਂ ਲੈਂਡ 'ਤੇ ਕਰ ਗਿਆ ਹਾਂ 30 ਤਰੀਕ ਨੂੰ। ਅਤੇ ਉੱਧਰ ਵੇਖ ਲਓ ਟ੍ਰੈਮ, ਬੱਸਾਂ ਕਾਫੀ ਜ਼ਿਆਦਾ ਯਾਰ, ਸੋਹਣਾ ਮੈਂ। ਸੋ ਆਹ ਲਓ ਆਪਾਂ ਇੱਕ ਸਟਰੀਟ 'ਚ ਐਂਟਰ ਕਰ ਗਏ ਹਾਂ ਅਤੇ ਆਈ ਥਿੰਕ ਇੱਥੇ ਇੰਡੀਅਨ ਫੂਡ ਵਗੈਰਾ ਹੀ ਮਿਲਦਾ ਯਾਰ। ਜਿੱਦਣ ਦੀ ਟ੍ਰਿਪ ਸ਼ੁਰੂ ਕੀਤੀ ਹੈ 22 ਤਰੀਕ ਤੋਂ ਇੰਡੀਅਨ ਫੂਡ ਵੀ ਨਹੀਂ ਖਾਧਾ। ਲਓ ਜੀ ਮਿੱਤਰੋ, ਯਾਰ ਹੁਣੀ ਪਹੁੰਚ ਗਏ ਜੇ ਸੈਂਟਰਲ 'ਚ ਹੋਂਗਕੋਂਗ ਦੇ। ਅਤੇ ਕਾਫੀ ਚਹਿਲ ਪਹਿਲ ਬਣੀ ਪਈ ਹੈ ਬਿਕੋਜ਼ ਅੱਜ ਸੈਟਰਡੇ ਵੇ ਅਤੇ ਕਲੱਬ ਵਗੈਰਾ ਸਾਰੇ ਆਪਣੇ ਕਪਲਸ ਵਗੈਰਾ ਇੰਜੋਏ ਕਰਨ ਦੇ ਨੇ। ਸੋ ਵੇਖ ਲਓ ਪਾਰਟੀ ਪੂਰਟੀ ਚੱਲਣ ਦੀਆਂ ਨੇ ਇੱਥੇ। ਸੋ ਹੁਣ ਆਊਟ ਚੱਲਦੇ ਹਾਂ ਬਾਹਰ ਅਤੇ ਵੇਖ ਲਓ ਹੁਣ ਤੁਹਾਨੂੰ ਕਲੋਜ਼ਲੀ ਦਿਖਾਉਂਦੇ ਹਾਂ ਟੈਕਸੀ। ਸੋ ਇੱਦਾਂ ਦੀ ਏਸੈਂਟ ਨਹੀਂ ਹੁੰਦੀ ਆਪਣੇ ਉੱਥੇ, ਉਵੇਂ ਆ। ਅਤੇ ਗੱਡੀਆਂ ਵਾਲੀ ਵੀ ਵੈਸੇ ਇੱਥੇ ਬੰਬ ਹੀ ਗੱਡੇ ਪਏ ਨੇ। ਆਹ ਟੈਸਲਾ ਜਾਂਦੀ ਜੇ ਅਤੇ ਟੈਸਲਾ ਟੈਕਸੀ 'ਚ ਚੱਲਣ ਦੀ ਹੈ ਬੱਲੇ ਤੁਹਾਡੇ। ਓਲਡ ਬੈਲੀ ਸਟਰੀਟ, ਸੋ ਆਹ ਪੁਰਾਣੀ ਸਟਰੀਟ ਹੈ। ਫੋਟੋ ਫੋਟੋ ਖਿੱਚਣ ਲਈ ਵੀ ਸਾਧਨ ਨਹੀਂ ਹੈਗਾ,
ਤੇ ਆ ਵੀਡੀਓ ਦੇ ਵਿੱਚ ਹੀ ਤੁਹਾਨੂੰ ਲੈ ਲਾਂਗਾ। ਆ ਵੇਖੋ ਕਲੱਬ ਹੈ ਇੱਥੇ, ਪੂਰਾ ਆਪਣਾ ਇੰਜੋਏ ਚੱਲਣ ਦੇ। ਸੋ ਅਗਰ ਤੁਸੀਂ ਖਾਂਦੇ ਪੀਂਦੇ ਹੋ ਤਾਂ ਕਲੱਬ 'ਚ ਇੰਜੋਏ ਕਰੋ। ਸੈਟਰਡੇ ਨੂੰ ਕਾਫੀ ਡਿਸਕਾਊਂਟ ਵਗੈਰਾ ਵੀ ਮਿਲਦਾ ਇੱਥੇ। ਸੋ ਆ ਵੇਖ ਲਓ ਸਮਝਾਉਣਾ ਇਹਨਾਂ ਨੂੰ ਬੜਾ ਔਖਾ, ਬਿਕੋਜ਼ ਇੱਥੇ ਵੈਸੇ ਤਾਂ ਇੰਗਲਿਸ਼ ਸਭ ਨੂੰ ਆਉਂਦੀ ਹੈ, ਜਿਹੜੇ ਪੁਰਾਣੇ ਵਗੈਰਾ ਨੇ ਨਾ, ਜਿਹੜੇ ਐਜੂਕੇਟਡ ਟਾਈਪ ਨਹੀਂ ਹੈ, ਉਹਨਾਂ ਨੂੰ ਨਹੀਂ ਸਮਝ ਲੱਗਦਾ ਕੁਛ। ਸੋ ਆ ਵੇਖ ਲਓ ਇੱਥੋਂ ਦੀ 15 ਮਿੰਟ ਹੋਰ ਲੱਗਣੇ ਜੇ ਪੈਦਲ ਪੈਦਲ ਜਾਣ 'ਚ। ਸੋ ਆ ਵੀਡੀਓ ਮੇ ਵੀ ਥੋੜ੍ਹੀ ਲੰਬੀ ਵੀ ਹੋ ਸਕਦੀ ਹੈ, ਮੈਨੇਜ ਕਰ ਲਿਓ। ਸੈਂਟਰਲ ਮਾਰਕੀਟ, ਸੋ ਆ ਵੇਖ ਲਓ ਆ ਜੇ ਸੈਂਟਰਲ ਮਾਰਕੀਟ। ਆ ਚੈੱਕ ਕਰੋ ਆ ਟ੍ਰੈਮ, ਜੇ ਲੋਰੀਅਲ ਪੈਰਿਸ ਲਿਖਿਆ ਉਹਦੇ ਉੱਤੇ। ਆ ਵੇਖ ਲਓ ਕਈ ਤਰ੍ਹਾਂ ਦੀਆਂ ਟ੍ਰੈਮਾਂ ਨੇ। ਲਓ ਜੀ ਤੁਰਦੇ ਤੁਰਦੇ ਲਗਭਗ ਸਾਰੀਆਂ ਇੱਥੋਂ ਦੀਆਂ ਗਲੀਆਂ ਕਵਰ ਅਪ ਕਰ ਲਈਆਂ ਨੇ, ਅਤੇ ਉਹ ਜੇ ਆਪਣੀ ਡੈਸਟੀਨੇਸ਼ਨ ਉੱਥੇ ਹੁਣ ਜਾਣਾ, ਉਹ ਓਬਜ਼ਰਵੇਸ਼ਨ ਵੀਲ ਹੈ ਉਹ ਵਾਲਾ। ਸੋ ਆਈ ਥਿੰਕ ਉੱਤੋਂ ਦੀ ਜਾਣਾ ਪਏਗਾ ਉੱਧਰੋਂ ਹੋ ਕੇ, ਫਰੋਮ ਡੈਟ ਸਾਈਡ। ਆ ਵੇਖ ਲਓ ਯਾਰ ਹੁਣੀ ਹੋਂਗਕੋਂਗ ਦੀ ਗਲੀਆਂ 'ਚ ਪੂਰੇ ਮਜ਼ੇ ਲੈਂਦੇ ਹੋਏ ਹੈ। ਇੱਕ ਹੀ ਇਕੱਲਾ ਹੀ ਸਰਦਾਰ ਘੁੰਮਣ ਦਿਆ ਮੈਂ ਇੱਥੇ, ਹੋਰ ਕੋਈ ਹੈ ਹੀ ਨਹੀਂ ਗਾ। ਇਹ ਆ ਆਪਣਾ ਗਿੰਬਲ ਮੈਂ ਇੱਧਰ ਹੀ ਰੱਖਦਾ, ਇਹ ਵਾਰ ਵਾਰ ਇਹਨੂੰ ਫੜਨਾ ਬੜਾ ਔਖਾ ਹੁੰਦਾ। ਸੋ ਇੱਦਾਂ ਹੀ ਹੁਣ ਮੈਨੇਜ ਕਰੋ, ਆਪਾਂ ਆਪਣਾ ਕੰਮ ਹੈ ਤੁਹਾਨੂੰ ਦਿਖਾਉਣਾ, ਹੁਣ ਸਮੂਥਲੀ ਸਮੂਥਲੀ ਉਹ ਬਾਅਦ 'ਚੋਂ ਚੱਲੇਗਾ ਹੁਣ। ਸੋ ਵੀਡੀਓ ਥੋੜ੍ਹੀਆਂ ਲੰਬੀਆਂ ਹੋ ਸਕਦੀਆਂ ਨੇ, ਹੁਣ ਮੇਰੇ ਖਿਆਲ 'ਚ ਉੱਤੋਂ ਦੀ ਜਾਣਾ ਪਏਗਾ। ਉਹ ਤੋਂ ਪਹਿਲਾਂ ਇੱਧਰ ਧਿਆਨ ਚੱਲ ਗਿਆ ਜੇ, ਆਹ ਟੋਟਲੀ ਇੱਥੇ ਫੈਰੀਸ ਚੱਲਦੀਆਂ ਨੇ। ਸੋ ਤੁਸੀਂ ਪ੍ਰੋਪਰ ਇੰਜੋਏ ਕਰ ਸਕਦੇ ਹੋ, ਕੋਈ ਜ਼ਿਆਦਾ ਫੀਸ ਨਹੀਂ ਗੀ, ਸਮਥਿੰਗ $150 ਲੱਗਣਗੇ। ਆਈ ਹੁਣ ਤੁਸੀਂ 10 ਨਾਲ ਡਿਵਾਈਡ ਕਰ ਲਿਓ ਅਤੇ ਉਹ ਵੇਖੋ ਕਿੱਦਾਂ ਘੈਂਟ ਵਿਊ ਆਉਂਦਾ ਇੱਧਰੋਂ ਸਿਟੀ ਦਾ।
ਵਾਹ ਜੀ ਵਾਹ। ਸੋ ਪਤਾ ਨਹੀਂ ਮੈਂ ਉਦਣ ਦੇ ਕਿੱਥੇ ਪਿੰਡਾਂ ਵੱਲ ਧੱਕੇ ਖਾਂਦੇ ਆ, ਆਨਲਾਈਨ ਬੁਕਿੰਗ ਕਰ ਲਈ 4 ਦਿਨ ਦੀ ਉੱਥੇ ਹੀ ਹੋਟਲ 'ਚ। ਸੋ 4 ਦਿਨ ਦਾ ਉੱਥੇ ਹੀ, 2 ਦਿਨ ਤਾਂ ਮੈਂ ਬਿਮਾਰੀ ਪਿਆ ਰਿਹਾ। ਸੋ ਅੱਜ ਮੈਂ ਨਿਕਲ ਗਿਆ ਥੋੜ੍ਹਾ ਜਿਹਾ, ਮਤਲਬ ਬਿਮਾਰ ਅੱਜ ਵੀ ਹਾਂ, ਪਰ ਮੈਂ ਤੁਹਾਨੂੰ ਸੱਚੀ ਦਿਲੋਂ ਦੱਸਾਂ, ਜਦੋਂ ਮੈਂ ਇੱਥੇ ਪਹੁੰਚਿਆ ਵਾ ਨਾ, ਗਲੀਆਂ 'ਚ ਘੁੰਮਿਆ, ਸਾਰੀ ਥਕਾਨ ਸਾਰਾ ਕੁਛ ਉੱਤਰ ਗਿਆ ਯਾਰ, ਹੁਣ ਪੂਰੀ ਐਨਰਜੀ ਭੁੱਖ ਵੀ ਲੱਗਣ ਲੱਗ ਪਈ ਹੈ। ਸੋ ਆਹ ਵੇਖ ਲਓ ਫੈਰੀ ਆ ਗਈ ਜੇ ਲਾਗੇ, ਅਤੇ ਇੱਕ ਉਹ ਪਿੱਛੇ ਵੇਖਣ ਦਿਓ ਪੂਰਾ ਪ੍ਰੋਪਰ ਵੱਡਾ ਜਹਾਜ਼ ਹੈ, ਉਹਦੇ ਵਿੱਚ ਆਈ ਥਿੰਕ 1 ਡੇ ਰੁਕਦੇ ਹੋਣਗੇ। ਸੋ ਉਹਦੀ ਫੀਸ ਤਾਂ ਸਮਥਿੰਗ ਲੱਖਾਂ ਨਾਲ ਹੋਣੀ ਹੈ ਯਾਰ, ਅਤੇ ਛੋਟਾ ਮੋਟਾ ਇੰਜੋਏ ਤੁਸੀਂ ਕਰ ਸਕਦੇ ਹੋ $100-200 ਦੇ ਕੇ। ਸੋ ਇਹਦੇ ਹੀ ਅਪੋਜ਼ਿਟ ਸਾਈਡ, ਇੱਧਰਲੀ ਸਾਈਡ ਹੈ ਓਬਜ਼ਰਵੇਸ਼ਨ ਵੀਲ। ਸੋ ਇੱਧਰ ਆਪਣਾ ਵੇਖ ਸਕਦੇ ਹੋ ਫੈਰੀ ਚੱਲਦੀਆਂ ਨੇ। ਹੈ ਤਾਂ ਬੜਾ ਕੁਛ ਐਕਸਪਲੋਰ ਕਰਨ ਨੂੰ, ਪਰ ਟਾਈਮ ਵੀ ਹੋਣਾ ਚਾਹੀਦਾ ਨਾ, ਹੁਣ ਮੇਰੇ ਕੋਲ ਇੰਨਾ ਟਾਈਮ ਵੀ ਹੈ ਨਹੀਂ। ਸੋ ਆਹ ਵੇਖ ਸਕਦੇ ਹੋ ਫੈਰੀ ਦਾ ਇੱਥੇ ਲਿਖਿਆ ਹੋਇਆ ਸਟਾਰ ਫੈਰੀ 1889-1898। ਸੋ ਮੇ ਬੀ ਉਦੋਂ ਆ ਬਣੀ ਹੋਏ ਸਟਾਰ ਫੈਰੀ। ਇੱਥੇ ਨਾ ਜਿੰਨੀਆਂ ਵੀ ਚੀਜ਼ਾਂ ਨੇ ਜ਼ਿਆਦਾਤਰ ਚਿਕਨ ਪੋਕ ਐਂਡ ਓਲ ਵੈਜ ਯਾਰ ਕੁਛ ਮਿਲਦਾ ਹੀ ਨਹੀਂ, ਕੱਲ੍ਹ ਦਾ ਕੁਛ ਖਾਧਾ ਹੀ ਨਹੀਂ। ਆਹ ਵੇਖੋ ਇੱਥੇ ਜਿੰਨੀਆਂ ਚੀਜ਼ਾਂ ਵੇਖੋ, ਹੈਮ, ਟਰਕੀ ਬ੍ਰੈਸਟ, ਰੋਸਟਡ ਚਿਕਨ, ਸਬਵੇ ਕਲੱਬ। ਸੋ ਵੈਜ ਕੁਛ ਵੀ ਨਹੀਂ ਹੈਗਾ। ਹੁਣ ਵਿਨ ਅੰਦਰ ਚੱਲ ਕੇ ਪੁੱਛੀ, ਅੰਦਰ ਚੱਲ ਕੇ ਜਾਂ ਨਹੀਂ, ਮੈਨੂੰ ਲੱਗਦਾ ਮਿਲਣਾ ਕੁਛ ਨਹੀਂ ਗਾ, ਪੁੱਛ ਕੇ ਕੋਈ ਫਾਇਦਾ ਨਹੀਂ ਹੋਣਾ, ਪਰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਯਾਰ। ਉੱਧਰ ਐਂਟਰੈਂਸ 'ਤੇ ਸੋ ਇੰਡੀਅਨ ਫੂਡ ਸਰਚ ਕਰਾਂਗੇ, ਅਤੇ ਇੱਧਰੋਂ ਵੇਖ ਲਓ ਕਿੰਨਾ ਜ਼ਿਆਦਾ ਪਿਆਰਾ ਲੁੱਕ ਆਉਂਦਾ ਬਿਲਡਿੰਗਸ ਦਾ, ਪੂਰੀ ਘੈਂਟ ਹੋਇਆ ਪਿਆ। ਸੋ ਦਿਲੋਂ ਮੈਂ ਤੁਹਾਨੂੰ ਇੱਕ ਹੀ ਚੀਜ਼ ਬਸ ਕਹਿਣਾ ਚਾਹੁੰਦਾ, ਤੁਸੀਂ ਬਸ ਇੱਕ ਤਾਂ ਮੇਰੀ ਵੀਡੀਓ ਪੂਰੀ ਵੇਖਿਆ ਕਰੋ, ਅਤੇ ਤੁਹਾਡੀ ਵੀਡੀਓ ਪੂਰੀ ਵੇਖਣ ਨਾਲ ਮੇਰੀ ਵੀਡੀਓ ਵਾਇਰਲ ਜ਼ਿਆਦਾ ਹੋ ਜਾਏਗੀ। ਸੋ ਵਾਇਰਲ ਜ਼ਿਆਦਾ ਹੋਏਗੀ ਤਾਂ ਤੁਹਾਡਾ ਭਰਾ ਫੇਮਸ ਹੋ ਜਾਏਗਾ, ਅਤੇ ਫੇਮਸ ਹੋ ਜਾਏਗਾ ਤਾਂ ਤੁਹਾਡੇ ਲਈ ਫਿਰ ਹੋਰ ਵਧੀਆ ਵਧੀਆ ਕੰਟਰੀ ਐਕਸਪਲੋਰ ਕਰਾਂਗਾ ਮੈਂ। ਸੋ ਇੰਨਾ ਕੋਈ ਬਸ ਇੱਕ ਤੁਹਾਡੇ ਅੱਗੇ ਰਿਕੁਐਸਟ ਹੈ, ਹੁਣ ਚੱਲੀਏ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ, ਅਤੇ 10 ਵੱਜਣ ਵਾਲੇ ਨੇ ਅਤੇ 11 ਵਜੇ ਆ ਬੰਦ ਹੋ ਜਾਂਦਾ, ਹੋ ਸਕਿਆ ਤਾਂ ਇਹਦੀ ਟਿਕਟ ਮਿਲੀ ਅਤੇ ਆਏ 2 ਕੁ ਚੱਕਰ ਇਹਦੇ ਵੀ ਘੁੰਮਾਂਗੇ, ਹੁਣ ਇੰਨੀ ਦੂਰ ਆਏ ਹਾਂ। ਫੀਸ ਹੁਣੇ ਮੈਂ ਤੁਹਾਨੂੰ ਉੱਥੇ ਟਿਕਟ ਦੱਸਦਾ, ਜਿੱਥੋਂ ਤੱਕ ਮੈਂ ਹੁਣੇ ਪਤਾ ਕੀਤਾ ਸੀ ਐਵੇਂ ਹੀ ਇਹ $25-$30, ਕੁਝ ਜ਼ਿਆਦਾ ਫੀਸ ਨਹੀਂ ਗੀ। ਆ ਗਏ ਜੇ ਯਾਰ ਹੁਣੀ ਗਾਂਧੀ ਪਾਰਕ, ਇਹਨੂੰ ਗਾਂਧੀ ਪਾਰਕ ਹੀ ਲਾ ਲਓ, ਰੁਦਰਪੁਰ ਦਾ ਗਾਂਧੀ ਪਾਰਕ ਉੱਤਰਾਖੰਡ। ਸੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਇਹ ਤੱਕ ਇੱਥੇ ਇੱਕ ਵੀ ਪੰਜਾਬੀ ਮੁੰਡਾ ਨਹੀਂ ਗਾ, ਸੋ ਮੈਂ ਇਕੱਲਾ ਹੀ ਹਾਂ ਜਿਹੜਾ ਟਰੈਵਲਿੰਗ ਕਰਨ ਦਿਆ ਇੱਥੇ, ਅਤੇ ਯਾਰ ਲਾਈਕ ਵਾਲਾ ਬਟਨ ਦੱਬ ਕੇ ਰੱਖੋ ਯਾਰ, ਐਂਡ ਕਰਾ ਦਿਆਂਗੇ ਬਾਬੇ ਉਹ ਐਂਡ। ਸੋ ਚੈੱਕ ਕਰੋ, ਆਈ ਥਿੰਕ ਉੱਥੋਂ ਟਿਕਟ ਮਿਲਣ ਦੀ ਹੈ ਇਹਦੀ, ਵੇਟ ਉੱਧਰ ਚੱਲਦੇ ਹਾਂ। ਸੋ ਆਹ ਵੇਖ ਸਕਦੇ ਹਾਂ $20 ਦੀ ਟਿਕਟ ਹੈ ਅਡਲਟ ਦੀ, ਅਤੇ 160 ਅਗਰ ਮੈਂ ਪੂਰਾ ਪ੍ਰਾਈਵੇਟ ਆਪਣਾ ਬੁੱਕ ਕਰਨਾ ਚਾਹੁੰਦਾ ਤਾਂ 160 ਦਾ ਹੋਏਗਾ। ਲਓ ਜੀ ਟਿਕਟ $20 ਦੀ ਟਿਕਟ ਮਿਲੀ ਹੈ, ਅਗਰ ਉਹ ਚਾਹੀਦਾ ਹੋਏਗਾ ਤਾਂ ਹੋਰ ਸੁਰਸ ਵਾਲਾ ਉਹ ਬਾਅਦ 'ਚੋਂ ਲੈ ਲਵਾਂਗਾ, ਥੋੜ੍ਹੀ ਜਿਹੀ ਮਜ਼ਾਕ ਕਰੀਏ। ਚਲੋ ਇੱਕ ਮਿੰਟ ਰੁਕੋ,
ਨੋ ਲੈਗੇਜ ਨੋ ਫੂਡ ਐਂਡ ਡਰਿੰਕ ਸੋ ਪੁੱਛ ਲੈਂਦੇ ਹਾਂ ਕਿੱਥੇ ਰੱਖਣਾ ਮਿਸ ਕੈਟਰੀਨਾ ਫਰੋਮ ਦੇਅਰ ਮੈਂ ਕਿਹਾ ਮਿਸ ਕੈਟਰੀਨਾ ਤੁਹਾਨੂੰ ਪਤਾ ਤਾਂ ਲੱਗ ਗਿਆ ਹੋਣਾ ਸੋ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਕਿ ਆਪਣਾ ਹੋਂਗਕੋਂਗ ਵਾਲੇ ਚਾਈਨਾ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਪਤਾ ਨਹੀਂ ਇਹਨਾਂ ਵਿੱਚ ਕੋਈ ਲੜਾਈ ਲੜੂਈ ਹੋ ਗਈ ਸੀ ਸੋ ਤਾਂ ਕਰਕੇ ਸੋ ਉੱਤੋਂ ਦੀ ਕਾਫੀ ਵਧੀਆ ਵਿਊ ਆਉਣ ਵਾਲਾ ਜੇ ਹੋ ਸਕਿਆ ਤੇ ਫੈਰੀ ਦਾ ਵੀ ਪਤਾ ਕਰਾਂਗਾ ਫਿਰ ਫੈਰੀ ਲਾਂਗਾ ਭੀੜ ਕਾਫੀ ਰਹਿੰਦੀ ਇੱਥੇ ਓ ਜੀ ਦੇਖ ਲਓ ਕਿੰਨੀ ਵੱਡੀ ਲਾਈਨ ਲੱਗੀ ਹੈ ਤੇ 11 ਵਜੇ ਲਾਸਟ ਏ 10 ਵੱਜ ਗਏ ਨੇ ਸ਼ੂਗਰ ਇਹ ਟਾਈਮ ਨਾਲ ਪਹੁੰਚ ਗਿਆ ਇੱਕ ਇੱਥੇ ਸੋ ਆਫਟਰ 30 ਮਿੰਟ ਆਈ ਵਿਲ ਗੈਟ ਐਟ ਮਾਈ ਚਾਂਸ ਲਓ ਜੀ ਫਾਈਨਲੀ 10 ਕੁ ਮਿੰਟ ਦੀ ਰਾਈਡ ਹੋਣੀ ਹੈ ਮੇਬੀ ਲਓ ਜੀ ਮਿਲ ਗਈ ਜੀ ਬਾਹਰ ਮਿੱਤਰੋ ਰਾਈਡ ਆਪਣੀ ਕੰਪਲੀਟ ਹੋ ਚੁੱਕੀ ਜੇ ਅਤੇ ਅੰਦਰ ਸਾਰੇ ਜਣੇ ਚੁੱਕ ਬੈਠੇ ਹਨ ਅਤੇ ਮੈਂ ਕਿਹਾ ਕੀ ਯਾਰ ਇੱਥੇ ਗੱਪਚੱਪ ਕਰਨੀ ਹੈ ਮੈਂ ਵੋਇਸ ਓਵਰ ਦੇ ਦਾਂਗਾ ਸੋ ਤੁਸੀਂ ਖਾਲੀ ਆਪਣੇ ਵਿਊ ਇੰਜੋਏ ਕਰੋ ਬੋਲ ਚਾਲ ਨਾਲ ਤੁਸੀਂ ਕੀ ਲੈਣਾ ਦੇਣਾ ਸੋ ਆਹ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਕਿ 3 ਰਾਊਂਡ ਦਿੰਦੇ ਨੇ ਮੈਂ ਸੁਣਿਆ ਤਾਂ 2 ਰਾਊਂਡ ਸੀ ਪਰ ਸੋ ਆਪਣੇ ਗਾਂਧੀ ਪਾਰਕ 'ਚ ਨਹੀਂ ਲੱਗਦਾ ਇਹ ਬਸ ਉੱਦਾਂ ਦਾ ਹੀ ਸਮਝ ਲਓ ਬਸ ਮਾਡਰਨ ਤਰੀਕੇ ਨਾਲ ਬਣਾਇਆ ਹੋਇਆ ਗਾਂਧੀ ਪਾਰਕ ਵਾਲਾ ਝੂਲਾ ਵਾਹ ਜੀ ਵਾਹ ਇਹ ਸਰਕਸ ਚੱਲਣ ਦਿਆ ਪੂਰਾ ਇੱਥੇ This is very good but this is not my favorite color so let me show you look at this nothing here just look at this I just make the pan I can't leave the lip a little small and I will just count down 3, 2 One, when I open it again, the color, maybe something changed from blue to 100. Thank you, but go and ask your mommy. Hello, ji, mitro. ਇੱਥੇ ਹੋ ਗਈ ਜੇ ਸਮਾਪਤੀ
ਤੇ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ। ਹੋਪ ਕਰਦਾ ਤੁਸੀਂ ਵੀ ਇੰਜੋਏ ਕੀਤਾ ਹੋਏਗਾ ਮੇਰੀ ਵੀਡੀਓ ਨੂੰ। ਅਗਰ ਇੰਜੋਏ ਕੀਤਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਮਿਲਦੇ ਇੱਕ ਨਵੇਂ ਇੰਟਰਸਟਿੰਗ ਵਲੌਗ 'ਚ। ਉਹਦੇ ਲਈ ਰੱਬ ਰੱਖਾ, ਬਾਏ ਬਾਏ।